ਬਈ ਮੱਲੋ ਮੁੰਡਾ ਉਹੋ ਜੇ ਥਾਂ ਘੋੜੇ ਰੱਖੀ ਬੈਠਾ ਜਿੱਥੇ ਆਮ ਲੋਕਾਂ ਨੂੰ ਆਪਦੇ ਰਿਸ਼ਤੇਦਾਰ ਰੱਖਣੇ ਔਖੇ ਹੋ ਜਾਂਦੇ ਆ ਆਪਾ ਮਹਾਲੀ ਦੇ 88 ਸੈਕਟਰ ਦੇ ਵਿੱਚ ਆ ਤੇ ਉੱਥੇ ਰੱਖੇ ਹੋਇਆ ਘੋੜੇ ਮਨਕੀਰਤ ਸਿੰਘ ਪੰਗੂ ਸਾਹਿਬ ਦੇ ਆ ਮੁੰਡਾ ਜਿਹੜਾ ਇਹ ਆ ਮਨਕੀਰਤ ਬਾਈ ਤੇ ਸਭ ਤੋਂ ਜਿਹੜਾ ਪਹਿਲਾ ਘੋੜਾ ਤੁਹਾਨੂੰ ਦਿਖਾਉਣ ਲੱਗਿਆ ਇਹਦਾ ਨਾਮ ਹੈਗਾ ਬਲੈਕ ਕਿੰਗ 9 ਸ਼ੋਅ ਜਿੱਤਿਆ 9 ਮਹੀਨਿਆਂ ਦਾ ਪਹਿਲੀ ਵਾਰ ਬਾਈ ਨੇ ਸ਼ੋਅ ਦੇ ਵਿੱਚ ਪਾਤਾ ਸੀ ਤੇ ਹੁਣ ਤੱਕ 9 ਸ਼ੋਅਾਂ ਦੇ ਵਿੱਚ ਆਪਦੇ ਝੰਡੇ ਗੱਡ ਚੁੱਕਿਆ ਜਿੱਥੇ ਜਾਂਦਾ ਅਨਾਮ ਲੈ ਕੇ ਹੀ ਮੁੜਦਾ ਹੁਣੇ-ਹੁਣੇ ਇਹ ਜੋਧਪੁਰ ਦੇ ਵਿੱਚੋਂ ਆਲ ਇੰਡੀਆ ਦਾ ਕੰਪੀਟੀਸ਼ਨ ਸੀ ਉਥੋਂ ਦੂਜੇ ਨੰਬਰ ਤੇ ਆਇਆ ਇਹ ਇਹ ਘੋੜਾ ਸੱਜਣੋ ਐਸ ਵਕਤ ਚਾਰ ਦੰਦ ਹੋ ਗਿਆ ਤੇ ਇਹ ਹੈਗਾ ਕਾਲੇ ਕਾਂਟੇ ਦਾ ਬੱਚਾ ਕਾਲੇ ਕਾਂਟੇ ਦਾ ਸੱਜਣੋ ਬੱਚਾ ਇਹ ਚਾਰ ਦੰਦ ਇਹ ਹੋ ਗਿਆ ਤੇ ਇਹਦੀ ਜਿਹੜੀ ਮਾਂ ਹੈ ਨਾ ਉਹ ਸੁੰਦਰ ਘੋੜੇ ਦੀ ਬੱਚੀ ਸੀ ਸੁੰਦਰ ਘੋੜਾ ਜੇ ਤੁਹਾਨੂੰ ਯਾਦ ਹੋਵੇ ਤਾਂ ਮੈਂ ਦੱਸ ਦਿਆਂ ਕਿ ਸੁੰਦਰ ਘੋੜਾ ਉਹ ਜੀ ਨੇ অতি ਸੁੰਦਰ ਘੋੜਾ ਮੋਰ ਮੁਕਟ ਘੋੜਾ ਮਤਲਬ ਕਮਾਲ ਕਮਾਲ ਦੇ ਘੋੜੇ ਆ ਜਿਹੜੇ ਜੀ ਨੇ ਪੈਦਾ ਕੀਤੇ ਉਹ ਉਹਦੀ ਬੱਚੀ ਸੀ ਇਹਦੀ ਮਾਂ ਤੇ ਇਹਦਾ ਬਾਪ ਹੈਗਾ ਕਾਲਾ ਕਾਂਟਾ ਜਿਹਨੂੰ ਮਤਲਬ ਸਾਰੀ ਦੁਨੀਆ ਮੇਰੇ ਹਿਸਾਬ ਨਾਲ ਜਾਣਦੀ ਆ ਕਾਲੇ ਕਾਂਟੇ ਨੂੰ ਦੋਨਾਂ ਪਾਸਿਆਂ ਤੋਂ ਆਪਾਂ ਇਹ ਕਹਿ ਸਕਦੇ ਆ ਕਿ ਇਹ ਸਟਾਰਾਂ ਦੇ ਖਾਨਦਾਨ ਦੇ ਨਾਲ ਦਾ ਨਾਤਾ ਏ ਇਹ ਘੋੜੇ ਦਾ ਇਸ ਵਕਤ ਮਹਾਲੀ ਦੇ ਵਿੱਚ ਆ ਸੱਜਣੋ ਮਨਕੀਰਤ ਸਿੰਘ ਪੰਗੂ ਦਾ ਨੰਬਰ ਮੈਂ ਤੁਹਾਨੂੰ ਦੇ ਰਿਹਾ ਹਾਈਟ ਇਸ ਘੋੜੇ ਦੀ ਜਿਹੜੀ ਵਾਟਰ ਸਕੇਲ ਵਾਲੀ ਹਾਈਟ ਆ ਉਹ 62 ਇੰਚ ਹਾਈਟ ਆ ਇਸ ਘੋੜੇ ਦੀ ਤੇ ਜੇਕਰ ਤੁਸੀਂ ਇਸ ਘੋੜੇ ਤੋਂ ਬਰੀਡ ਕਰਾਉਣਾ ਚਾਹੁੰਦੇ ਆ ਘੋੜੀਆਂ ਤਾਂ ਤੁਸੀਂ ਬੇਫਿਕਰ ਹੋ ਕੇ ਮਨਕੀਰਤ ਸਿੰਘ ਪੰਗੂ ਸਾਹਿਬ ਦੇ ਨਾਲ ਸੰਪਰਕ ਕਰ ਲੈਣਾ 22 ਹੁਣਾਂ ਨੇ ਘੋੜਾ ਸਿਖਾਇਆ ਬੜਾ ਆਹ ਦੇਖੋ ਆ ਸੀਨ ਨਾ ਕਿੰਨਾ ਲੰਬਾ ਹੈ ਮੈਂ ਸਾਰੇ ਦਾ ਸਾਰਾ ਹੀ ਰੱਖ ਲਿਆ ਸੀ ਇਸੇ ਕਰਕੇ ਰੱਖ ਲਿਆ ਸੀ ਕਿ ਤੁਸੀਂ ਦੇਖੋ ਇਸ ਸੀਨ ਨੂੰ ਕਿ ਇਹ ਘੋੜੇ ਨੂੰ ਖੜਨਾ ਕਿੰਨਾ ਆਉਂਦਾ ਮਤਲਬ ਸ਼ੋਆ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਨੂੰ ਜੱਜ ਵੀ ਕੀਤਾ ਜਾਂਦਾ ਕਿ ਜਾਨਵਰ ਖੜ ਵੀ ਰਿਹਾ ਹੋਵੇ ਤੇ ਦਖਾਂ ਵੀ ਰਿਹਾ ਹੋਵੇ ਆਮ ਤੌਰ ਤੇ ਇਹ ਚੀਜ਼ਾਂ ਲਈ ਘੋੜਿਆਂ ਨੂੰ ਟ੍ਰੇਨਡ ਕੀਤਾ ਜਾਂਦਾ ਮਤਲਬ ਸਿਖਾਉਣਾ ਪੈਂਦਾ ਕਿ ਭਾਈ ਖੜਨਾ ਕਿਵੇਂ ਆ ਤੇ ਆਪਣੇ ਆਪ ਨੂੰ ਦਿਖਾਉਣਾ ਕਿਵੇਂ ਫਿਰ ਤੁਹਾਨੂੰ ਪਤਾ ਵੀ ਚੰਡੀਗੜ੍ਹ ਵਾਲੇ ਪਾਣੀ ਦਾ ਤੇ ਆਪਣੇ ਪਿੰਡਾਂ ਵਾਲੇ ਪਾਣੀ ਦਾ ਇੰਨਾ ਕੁ ਤਾਂ ਫਰਕ ਹੈਗਾ ਕਿ ਚੰਡੀਗੜ੍ਹ ਜਾ ਕੇ ਬੰਦੇ ਨੂੰ ਇੰਨੀ ਗੱਲ ਦੀ ਸਮਝ ਤਾਂ ਆ ਜਾਂਦੀ ਹੈ ਕਿਉਂਕਿ ਉੱਥੇ ਕੰਮ ਹੀ ਸ਼ੋਅ ਦਾ ਹੁੰਦਾ ਤੇ ਆਹ ਮਨਕੀਰਤਾ ਦਾ ਪਹਿਲਾ ਘੋੜਾ ਤੁਹਾਨੂੰ ਅੱਗੇ ਘੋੜੀਆਂ ਦਿਖਾਉਣਾ ਸਾਰੀਆਂ ਘੋੜੀਆਂ ਜਿੰਨੇ ਵੀ ਫਾਰਮ ਤੇ ਜਾਨਵਰ ਰੱਖਿਆ ਸਾਰੇ ਕਮਾਲ-ਕਮਾਲ ਰੱਖਿਆ ਇਸ ਵਕਤ ਇਸ ਘੋੜੇ ਦੇ ਬੱਚੇ ਆ ਜਿਹੜੇ ਉਹ ਹੁਣੇ ਸਟਾਰਟ ਹੋ ਗਏ ਆ ਇਸ ਵਕਤ ਇਹਦੇ ਬੱਚੇ ਹੁਣੇ ਸਟਾਰਟ ਹੋ ਗਏ ਆ ਜਿਹੜਾ ਇਸ ਘੋੜੇ ਦੀ ਬੱਚੀ ਆ ਨਾ ਉਹ ਤੁਹਾਨੂੰ ਇਸੇ ਫਾਰਮ ਤੇ ਹੀ ਦਿਖਜੂਗੀ ਉਹਦੀ ਵੀਡੀਓ ਤੁਹਾਨੂੰ ਮੈਂ ਹੁਣੇ ਦਿਖਾਉਣਾ 1 ਮਿੰਟ ਦੇ ਅੰਦਰ-ਅੰਦਰ ਹੀ ਆ ਬੱਚੀ ਆ ਮੱਥੇ ਫੁੱਲ ਵਾਲੀ ਆ ਜਿਹੜੀ ਇਹ ਇਸ ਘੋੜੇ ਦੀ ਕੋਈ ਬੱਚੀ ਆ ਇਹ ਬਸ਼ੇਰੀ ਦੀ ਉਮਰ ਆ ਜਿਹੜੀ ਉਹ 3 ਮਹੀਨੇ ਆ 3 ਮਹੀਨੇ ਉਮਰ ਆ ਤੇ 3 ਮਹੀਨਿਆਂ ਦੇ ਵਿੱਚ ਬਸ਼ੇਰੀ ਬਹੁਤ ਸੋਹਣੀ ਆਪਾਂ ਕਹਿ ਸਕਦੇ ਕਿ ਕੱਦਾਂ ਵਾਰ ਬਸ਼ੇਰੀ ਬਣ ਰਹੀ ਆ ਇਹ ਇਸ ਘੋੜੇ ਦੀ ਬੱਚੀ ਆ ਤੇ ਆ ਜਿਹੜੀ ਨਾਲ ਹੀ ਘੋੜੀ ਤੁਰੀ ਆਉਂਦੀ ਆ ਸੱਜਣੋ ਇਸ ਬਸ਼ੇਰੀ ਦੀ ਮਾਂ ਇਹ ਇਹਦਾ ਕੱਦ ਸੱਜਣੋ ਹੈਗਾ 65 ਇੰਚ ਘੋੜੀ ਦਾ ਕੱਦ ਇਹ ਘੋੜੀ ਦੀ ਮਾਂ ਫੂਲਮਾਲ ਲਾਈਂਦੀ ਸੀ ਤੇ ਇਹਦਾ ਜਿਹੜਾ ਬਾਪ ਆ ਉਹ ਭਾਲਣੀ ਮਾਠ ਵਾਲਾ ਘੋੜਾ ਇਹ ਠਾਕਰ ਅਨੰਤ ਸਿੰਘ ਦੇ ਘਰੇ ਪੈਦਾ ਹੋਈ ਆ ਇਹ ਘੋੜੀ ਇਹ ਘੋੜੀ ਦੇ ਮਗਰ ਜਿਹੜੀ ਬਸ਼ੇਰੀਆ ਉਹ ਇਹਨਾਂ ਦੇ ਬਲੈਕ ਕਿੰਗ ਦੀ ਬਸ਼ੇਰੀਆ ਆ ਤੁਹਾਨੂੰ ਕੱਦ ਚੰਗੀ ਤਰ੍ਹਾਂ ਹੋਣ ਦਿਸ ਜੂਗਾ ਇੱਥੇ ਖੜੀ ਘੋੜੀ ਤੋਂ ਤੁਹਾਨੂੰ ਪਤਾ ਲੱਗੂਗਾ ਕਿ ਇਹ ਕਿੱਡੀ ਵੱਡੀ ਘੋੜੀ ਆ ਤੇ ਇਹ ਘੋੜੀ ਵੀ ਬਾਈ ਹੁਣਾ ਦੇ ਘਰੇ ਆ ਤੇ ਬਾਈ ਹੁਣਾ ਕੋਲੇ ਨਾ ਮਤਲਬ ਵਪਾਰ ਕਰਦੇ ਆ ਵੈਸੇ ਘੋੜੀਆਂ ਦਾ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਫਿਲਹਾਲ ਉਹ ਕਹਿੰਦੇ ਵੀ ਇੰਨਾ ਜਾਨਵਰਾਂ ਚ ਸਾਡਾ ਇਰਾਦਾ ਨਹੀਂਗਾ ਵੇਚਣ ਦਾ ਕੋਈ ਜਾਨਵਰ ਪਰ ਉਦਾਂ ਇਹ ਘੋੜੀਆਂ ਦਾ ਵਪਾਰ ਆ ਜਿਹੜਾ ਬਾਈ ਹੁਣੇ ਕਰਦੇ ਆ ਫਿਲਹਾਲ ਪੱਕੇ ਤੌਰ ਤੇ ਕੋਈ ਜਾਨਵਰ ਵੇਚਣਾ ਚਾਹੁੰਦੇ ਹੋਣ ਉਹ ਇਹਨਾਂ ਕੋਲੇ ਹਜੇ ਜਾਨਵਰ ਕੋਈ ਹੈ ਨਹੀਂ ਸੀ ਪਰ ਆ ਤੁਹਾਨੂੰ ਮੈਂ ਘੋੜੀ ਤੇ ਬਸ਼ੇਰੀ ਫੇਰ ਦਿਖਾ ਦਿੰਦਾ ਬਾਈ ਹੁਣਾ ਦੀ ਕਿ ਆ ਦੇਖਿਓ ਦੋਨੇ ਜਾਨੇ ਤੁਰੇ ਆਉਂਦੇ ਆ ਘੋੜੇ ਦਾ ਰਿਜ਼ਲਟ ਮਗਰਲੇ ਪਾਸੇ ਤੁਹਾਨੂੰ ਦਿਖਾਈ ਦਿੰਦਾ ਤੇ ਆ ਘੋੜੀ ਆ ਇੱਕ ਨੀਲੀ ਬਹੁਤ ਸੋਹਣੀ ਅਸਲ ਦੇ ਵਿੱਚ ਇਹਨਾਂ ਦੇ ਘਰੇ ਨੀਲੀਆਂ ਘੋੜੀਆਂ ਦੋ ਆ ਆ ਜਿਹੜੀ ਘੋੜੀ ਆ ਨੀਲੀ ਇਹ ਵੀ ਫੌਜੀ ਦੀ ਆ ਤੇ ਦੂਸਰੀ ਵੀ ਫੌਜੀ ਦੀ ਆ ਦੂਜੀ ਮੈਂ ਦਿਖਾ ਨਹੀਂ ਰਿਹਾ ਇਹ 63 ਇੰਚ ਕੱਦ ਦਾ ਇਸ ਘੋੜੀ ਦਾ ਤੇ ਜਿਹੜੀ ਦੂਜੀ ਘੋੜੀ ਆ ਉਹਦਾ ਕੱਦ ਇਤੋਂ ਵੀ ਵੱਡਾ ਹੈ ਉਹ 64 ਆ ਹੋ ਸਕਦਾ 64 ਤੋਂ ਵੀ ਵੱਡੀ ਹੋਵੇ ਮੈਨੂੰ ਪੱਕਾ ਨਹੀਂ ਪਤਾ ਪਰ ਇਦੋਂ ਵੱਡੀ ਆ ਘੋੜੀ ਉਹ ਮੈਨੂੰ ਪਤਾ ਉਹ ਘੋੜੀ ਆਪਾਂ ਨਹੀਂ ਦਿਖਾਈ ਉਹ ਅਸਲ ਦੇ ਵਿੱਚ ਮੌਕੇ ਤੇ ਸਾਫ਼ ਨਹੀਂ ਸੀ ਤੇ ਅਸੀਂ ਨਾ ਕੌਲਜੀ ਕਰ ਗਏ ਜਦੋਂ ਮੈਂ ਅਗਲੀ ਵਾਰ ਨੂੰ ਜਾਉਂ ਤਾਂ ਉਹ ਘੋੜੀ ਤੁਹਾਨੂੰ ਮੈਂ ਪਹਿਲਾਂ ਦਿਖਾਉ ਉਹ ਐਡੀ ਚੰਗੀ ਘੋੜੀ ਆ ਬਾਈ ਹੁਣਾਂ ਤੇ ਉਹ ਵੀ ਘਰੇ ਹੈਗੀ ਆ ਮਨਕੀਰਤ ਹੁਣਾਂ ਦੇ ਤੇ ਇਹ ਘੋੜੀ ਹੈਗੀ ਆ ਇਸ ਵਕਤ ਬਲੈਕ ਕਿੰਗ ਤੋਂ ਗੱਬਣ ਪੰਜਾਂ ਕੁ ਮਹੀਨਿਆਂ ਦੀ ਮੇਰੇ ਹਿਸਾਬ ਨਾਲ ਗੱਬਣ ਤੇ ਇਹਦੇ ਮਗਰ ਆ ਜਿਹੜੀ ਬਸ਼ੇਰੀ ਉਹ ਹੈਗੀ ਐ 6 ਮਹੀਨਿਆਂ ਦੀ ਉਹ ਵੀ ਨਹੀਂ ਤੁਹਾਨੂੰ ਦਿਖਾ ਰਿਆ ਮੈਂ ਬਿਸ਼ੇਰੀ ਉਹ ਬਿਸ਼ੇਰੀ ਕਿਉਂ ਨਹੀਂ ਦਿਖਾ ਰਿਆ ਕਿਉਂਕਿ ਉਹ ਬਿਸ਼ੇਰੀ ਵੀ ਨਹੀਂ ਸੀ ਮੌਕੇ ਤੇ ਨਮਾਈ ਹੋਈ ਉਹ ਹੈਗੀ ਐ ਦਰੋਣੇ ਦੀ ਬਿਸ਼ੇਰੀ ਤੇ ਇੱਕ ਤੁਹਾਨੂੰ ਮੈਂ 22 ਹੁਣਾ ਦੀ ਆ ਘੋੜੀ ਦਿਖਾਉਣਾ ਵਲੋ ਇਹ ਘੋੜੀ ਦਾ ਵੀ ਕੰਮ ਘੋੜੇ ਵਾਲਾ ਹੀ ਆ ਘੋੜੇ ਵਾਲਾ ਕੰਮ ਇਹ ਆ ਕਿ ਇਹ ਘੋੜੀ ਜਿਹੜੇ ਵੀ ਸ਼ੋਅ ਦੇ ਵਿੱਚ ਗਈ ਆ ਉਸੇ ਹੀ ਸ਼ੋਅ ਨੂੰ ਜਿੱਤ ਕੇ ਮੁੜੀ ਆ ਇਹ ਘੋੜੀ ਇਹਦਾ ਨਾਂ ਹੈਗਾ ਬਾਰਬੀ ਤੇ ਇਹ ਨਾ ਬਾਕਰਪੁਰ ਪਿੰਡ ਦੇ ਵਿੱਚ ਇੱਕ ਘੋੜਾ ਹੁੰਦਾ ਸੀ ਪਾਰਸ ਉਸ ਘੋੜੇ ਦੀ ਇਹ ਬੱਚੀ ਆ ਪਾਰਸ ਦੀ ਇਹਦੀ ਹਾਈਟ ਹੈਗੀ ਆ 64 ਇੰਚ ਇਹ ਵੀ ਕਿਸੇ ਸ਼ੋਅ ਦੇ ਵਿੱਚ ਜਿੱਤ ਗਈ ਆ ਤੇ ਖਾਲੀ ਨਹੀਂ ਮੁੜੀ ਕਿਤੇ ਤੇ ਇੱਕ ਹੈਗੀ ਆ 22 ਹੁਣਾ ਕੋਲੇ ਆ ਬਚੇਰੀ ਇਹ ਤਾਂ ਹਜੇ ਨਿੱਕੀ ਆ ਉਮਰ ਦੀ ਇਹ ਬਸ਼ੇਰੀ ਦੀ ਉਮਰ ਹੈਗੀ ਆ ਸਿਰਫ 16 ਮਹੀਨੇ ਸਾਜਣੋ ਤੇ ਬਲਵੰਤ ਸਿੱਧੂ ਹੁਣਾ ਕੋਲੇ ਘੋੜਾ ਸੀਗਾ ਥੌਰ ਇਹ ਥੌਰ ਘੋੜੇ ਦੀ ਬੱਚੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਮਾਲਕ ਕਰੇ ਕਿਰਪਾ ਇਹ ਵੀ ਤੁਹਾਨੂੰ بڑے ਕੰਪੀਟੀਸ਼ਨਾਂ ਦੇ ਵਿੱਚ ਖੜੀ ਦਿਖਾਈ ਦੇਊਗੀ ਇਹ ਬਸ਼ੇਰੀ ਮਤਲਬ ਆਪਾਂ ਇਹ ਕਹਿ ਸਕਦੇ ਆ ਕਿ ਜਿੰਨੇ ਵੀ ਜਾਨਵਰ ਬਾਈ ਹੁਣਾ ਕੋਲੇ ਮਰ ਕੀਰ ਕੀਰਤ ਹੁਣਾ ਕੋਲੇ ਹੈਗੇ ਆ ਸਾਰੇ ਹੀ ਬੜੇ ਚੰਗੇ ਆ ਬੜੇ ਸੋਹਣੇ ਆ ਬੜੇ ਸਾਂਭੇ ਆ ਤੇ ਇਹੋ ਜੇ ਥਾਂ ਤੇ ਸਾਂਭੇ ਆ ਵੀ ਜਿੱਥੇ ਲੋਕ ਆ ਉਹਦੇ ਰਿਸ਼ਤੇਦਾਰਾਂ ਨੂੰ ਸਾਂਭਣ ਤੋਂ ਜਵਾਬ ਦੇ ਦਿੰਦੇ ਆ ਬਾਈ ਦੇ ਜਾਨਵਰ ਕਿਹੋ ਜੇ ਲੱਗੇ ਫੋਨ ਕਰਕੇ ਦੱਸਿਓ ਜਰੂਰ ਜੇ ਸੇਵਾ ਚਾਹੀਦੀ ਹੋਈ ਤਾਂ ਲੈ ਲਿਓ ਕੋੜੇ